ਰਾਜਪੁਰਾ ਸਬ ਡਿਵੀਜ਼ਨ ਘਰੌਰ ਦੇ ਵਿੱਚ ਪੈਂਦੇ ਪਿੰਡ ਖੇੜੀ ਗੁਰਨਾ ਵਿਖੇ ਗੁੱਗਾ ਜਾਹਰ ਪੀਰ ਦਾ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਕਰਵਾਇਆ ਗਿਆ। ਮੇਲੇ ਦੀ ਪ੍ਰਬੰਧਕ ਕਮੇਟੀ ਨੇ ਹਲਕਾ ਵਿਧਾਇਕ ਮਦਨ ਲਾਲ ਜਲਾਲਪੁਰ ਅਤੇ ਥਾਣਾ ਸ਼ੰਭੂ ਦੇ ਇੰਸਪੈਕਟਰ ਕੁਲਵਿੰਦਰ ਸਿੰਘ ਅਤੇ ਇਲਾਕਾ ਤੋਂ ਆਏ ਪੰਚਾਂ ਸਰਪੰਚਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਕਾਮਰੇਡ ਪ੍ਰੇਮ ਸਿੰਘ ਖੇੜੀ, ਮੋਹਨ ਸਿੰਘ ਸ਼ੰਭੂ, ਅਵਤਾਰ ਸਿੰਘ ਘੜਾਮਾ, ਤਰਲੋਚਨ ਸਿੰਘ ਮੋਹਿਤ, ਸੁਖਦੇਵ ਗਗਨ ਤੋਂ ਇਲਾਵਾ ਇਲਾਕਾ ਨਿਵਾਸੀ ਵੱਡੀ ਗਿਣਤੀ ਦੇ ਵਿੱਚ ਹਾਜ਼ਰ ਸਨ। ਸ਼ੰਭੂ ਤੋਂ ਕੈਮਰਾਮੈਨ ਅਭਿਸ਼ੇਕ ਸੂਦ ਦੇ ਨਾਲ ਰਜਿੰਦਰ ਮੋਹੀ, ਆਜ਼ਾਦ ਟੀਵੀ ਨਿਊਜ਼। ਮੇਲੇ ਦੇ ਵਿੱਚ ਕਰਵਾਏ ਗਏ ਸੱਭਿਆਚਾਰ ਪ੍ਰੋਗਰਾਮ ਦੇ ਵਿੱਚ ਗਾਇਕ ਬਲਕਾਰ ਅਣਖੀਲਾ ਦੀ ਦੋ ਗਾਣਾ ਜੋੜੀ ਨੇ ਗੱਭਰੂਆਂ ਨੂੰ ਨੱਚਣ ਲਾ ਦਿੱਤਾ। ਹਰ ਸਾਲ ਤੁਹਾਡੇ ਪਿੰਡ ਗੋਗਾ ਮਾੜੀ 'ਤੇ ਬੜਾ ਇਹ ਧੂਮਧਾਮ ਨਾਲ ਹਰ ਸਾਲ ਮੇਲਾ, ਇਲਾਕੇ ਦਾ ਸਾਰੇ ਪਤਵੰਤੇ ਸੱਜਣ ਨਾਲ ਦੇ ਪਿੰਡਾਂ 'ਚ ਇਸ ਮੇਲੇ ਦੀ ਰੌਣਕ ਵਧਾਉਣ ਲਈ 2-3 ਦਿਨ ਲਗਾਤਾਰ ਇੱਥੇ ਆਉਂਦੇ ਨੇ। ਮੈਨੂੰ ਵੀ ਕਈ ਵਾਰ ਇੱਥੇ ਆਉਣ ਦਾ ਮੌਕਾ ਮਿਲਿਆ। ਬੜਾ ਉਤਸ਼ਾਹ ਪਿੰਡ ਵਾਸੀਆਂ ਨੂੰ, ਇਲਾਕਾ ਨਿਵਾਸੀਆਂ ਨੂੰ ਇਸ ਮੇਲੇ ਦਾ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਵਧਾਈ ਦਿੰਦਾ ਇਸ ਮੇਲੇ ਦੀ। ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇਹ ਰੌਣਕਾਂ ਮੇਲਿਆਂ ਦੀਆਂ ਇਹ ਵਧਣਗੀਆਂ। ਕਿਉਂ ਵਧਣਗੀਆਂ? ਅੱਜ ਸਾਰੇ ਲੋਕ ਜਾਗਰਤ ਹੋ ਗਏ ਨੇ। ਕੋਈ ਵੀ ਇਨਸਾਨ ਕਿਸੇ ਵੀ ਤਰ੍ਹਾਂ ਅੱਜ ਇਹਨਾਂ ਦਿਨਾਂ ਦੇ ਵਿੱਚ ਮੈਂ ਦੇਖਿਆ, ਰਾਤ ਵੀ ਜਨਮ ਅਸ਼ਟਮੀ ਦਾ ਦਿਨ ਸੀ, ਸਾਰੇ ਪਿੰਡਾਂ ਦੇ ਵਿੱਚ ਬੜੇ ਧੂਮਧਾਮ ਦੇ ਨਾਲ ਇਹ ਤਿਉਹਾਰ ਮਨਾਇਆ ਜਾਂਦਾ। ਹਰ ਸਾਲ ਅੱਗੇ ਨਾਲ ਵੱਧਦਾ ਜਾ ਰਿਹਾ। ਰਾਤ ਵੀ ਅਸੀਂ ਕਈ ਪਿੰਡਾਂ 'ਚ ਜਾਣ ਦਾ ਮੌਕਾ ਮਿਲਿਆ, ਬਹੁਤ ਘੱਟ ਸੀ ਰਾਤ। ਰਾਤ ਅਸੀਂ 2 ਵਜੇ ਮੁੱਲਾਂ ਦਾ ਘਰ ਜਾ ਕੇ ਵੜੇ ਹਾਂ। ਅੱਜ ਵੀ ਕਾਫੀ ਪਿੰਡਾਂ ਦੇ ਵਿੱਚ ਇਹ ਜਿਵੇਂ ਮੇਲਾ ਮਨਾਇਆ ਜਾ ਰਿਹਾ, ਪਰ ਤੁਹਾਡੇ ਪਿੰਡ ਦੇ ਵਿੱਚ ਮੈਂ ਦੇਖਿਆ ਬਹੁਤ ਭਾਰੀ ਉਤਸ਼ਾਹ। ਹਰ ਸਾਲ ਕਲਾਕਾਰ ਬੁਲਾਉਂਦੇ ਨੇ, ਮਨੋਰੰਜਨ ਕਰਦੇ ਨੇ, ਨੌਜਵਾਨ ਸਾਥੀ ਸਾਡੇ ਸਾਰੇ ਮੀਟਿੰਗਾਂ ਕਰਕੇ ਪੈਸੇ ਇਕੱਠੇ ਕਰਦੇ ਨੇ, ਮਿਹਨਤ ਕਰਦੇ ਹਾਂ ਤਾਂ ਜਾ ਕੇ ਇਹ ਮੇਲੇ ਲੱਗਦੇ ਹਾਂ। ਮੈਂ ਪਿਛਲੀ ਵਾਰ ਇੱਥੇ ਚੋਣਾਂ ਲੜੀਆਂ, ਵੱਡੀ ਜਿੱਤ ਤੁਸੀਂ ਦਵਾਈ ਆ। ਤੁਹਾਡੇ ਪਿੰਡ ਤੋਂ ਕਾਫੀ ਵੋਟਾਂ ਨਾਲ ਕੇ ਵਧਿਆ ਸੀ, ਪਰ ਤੁਹਾਨੂੰ ਵਿਸ਼ਵਾਸ ਦਵਾਉਣਾ, ਕੈਪਟਨ ਸਾਹਿਬ ਦੀ ਸਰਕਾਰ ਬਣੀ ਆ ਪੰਜਾਬ ਦੇ ਵਿੱਚ, ਬੜੇ ਸੂਝਵਾਨ ਨੇ ਕੈਪਟਨ ਸਾਹਿਬ। ਸਾਡੇ 2-3 ਮਸਲੇ ਸੀ, ਇੱਕ ਪੀਣ ਵਾਲੇ ਪਾਣੀ ਦਾ, ਇੱਕ ਨਹਿਰੀ ਪਾਣੀ ਦਾ, ਇੱਕ ਪੈਨਸ਼ਨਾਂ ਦਾ, ਇੱਕ ਰਾਸ਼ਨ ਕਾਰਡਾਂ ਦਾ, 3-4 ਮਸਲੇ ਸੀ। ਤੁਹਾਨੂੰ ਪੂਰਾ ਵਿਸ਼ਵਾਸ ਦਵਾਉਣਾ ਵੀ ਇਹ ਸਾਲ ਦੇ ਵਿੱਚ ਸਾਰੇ ਕੰਮ ਅਸੀਂ ਕੋਸ਼ਿਸ਼ ਕਰਾਂਗੇ ਵੀ ਇਹਨੂੰ 1 ਸਾਲ ਦੇ ਅੰਦਰ ਅੰਦਰ ਪੂਰਾ ਕਰਿਆ ਜਾਵੇ। ਪੂਰਾ ਵਿਸ਼ਵਾਸ ਦਵਾਉਂਦੇ ਹਾਂ ਤੁਹਾਨੂੰ, ਨਹਿਰੀ ਪਾਣੀ ਦਾ ਵੀ ਪੂਰਾ ਪ੍ਰਬੰਧ ਕਰਕੇ ਦੇਵਾਂਗੇ।